बिस्मिल्लाह रहमान रहीम, अस्सलाम वालेकुम। कैसे हैं आप लोग? सब खैरियत हैं, ठीक ठाक हैं। आज जनाब संडे है और आज एक आपको इम्पोर्टेंट बात बताता हूँ। अभी थोड़ी देर पहले ना मुझे एक फेक कॉल आती है कि जनाब आपके नंबर पर ना 3,000 रुपया जो वो सेंड कर दिया गया है और वो गलती से हो गया। वो करना था शनाख्ती कार्ड पर ना सेंड करना था और उसका जो SMS है वो आपके नंबर पर आ गया और एक बंदा ना बड़ा मासूम बन के आपको ना कॉल करता है, मुझे यानी कि कॉल आई है, ठीक है। तो मुझे उसका आइडिया था कि ये ना क्या फिल्म करवाएगा और क्या करेगा। उसके बाद जो उसके साथ हुआ है वो ज़रा आप देखिएगा और मुझे उम्मीद है कि आपको वो अच्छा लगेगा और पसंद आएगा कि उसके साथ ना कैसे किया है। और ज़रा ना मुझे बताइएगा कि इन लोगों का ना क्या हाल करना चाहिए और इन लोगों के साथ ना कैसे डील करना चाहिए और इन लोगों को ना क्या सज़ा देनी चाहिए। ज़रा ये वीडियो को ना पूरा देखिएगा भाई। की कह रहे हो, मैंने समझ नहीं लगी थोड़ी। मैं ये कह रहे हैं कि मैं ना यार शनाख्ती कार्ड नंबर से ना पैसे करवाए थे 3,000 रुपया। अच्छा, शनाख्ती कार्ड नंबर ठीक है यार, फोन नंबर गलत हो गया। शनाख्ती कार्ड के ऊपर तुसी पैसे भेजे ने के फोन नंबर से भेजे ने? नहीं नहीं, मैं शनाख्ती कार्ड नंबर से करवाए थे। शनाख्ती कार्ड नंबर ठीक है, फोन नंबर गलत हो गया, इसी वजह ना भाई थोड़े को आ गया मैसेज। शनाख्ती कार्ड नंबर ठीक है, फोन नंबर वीर जी गलत हो गया, इसी वजह थोड़े को मैसेज। अच्छा, ठीक हो गया। होटल ते नहीं है जेडी कॉल करने वाला करना पे, मैं आप बंदे रखे ने, अहीं आ ते 4-5 जने असि भी कॉल करके ते अहीं भी पैसे मंगवाने हुन्ने आ। किन्ने पैसे दिंदा तेनू? ओ गल कर मेरे नाल, मैं तेनू उहदे नाल ज्यादा पैसे दांगा। किन्ने पैसे दिंदा पिया तेनू? मैं आप ते काम करदा, मेरे कोल बार बंदे बैठे ने भरावा। तेरे कोल ओ तेरे कोल 10 बंदे किस रेट ते की मकान है उहनां नाल? 10 बंदे बैठे ने इस्ते। 10 बंदे रखे ने, किन्ने पैसे दिंदा पिया? किन्ना नु? ਆ ਜਿਹੜੇ ਤੂੰ 10 ਬੰਦੇ ਰੱਖੇ ਨੇ ਉਹਨਾਂ ਨੂੰ ਕਿੰਨੇ ਪੈਸੇ ਦੇਣਾ ਪਿਆ? ਅੱਧ ਹੈ, ਅੱਧ ਉਹਨਾਂ ਦਾ, ਅੱਧ ਮੇਰਾ। ਅੱਧ ਮੈਂ ਆ, ਜਿਹੜੇ ਮੈਂ 100 ਦੇ ਵਿੱਚੋਂ ਆ, ਜਿਹੜੇ 60 ਰੁਪਏ ਉਹਨਾਂ ਨੂੰ ਦਿਨਾ, 40 ਰੁਪਏ ਆ ਜਿਹੜੇ ਉਹ ਮੇਰੇ ਹੁੰਦੇ ਨੇ, ਤੁਸੀਂ ਅੱਧੇ ਅੱਧੇ ਦਿਓ ਕਰਨ ਤੇ ਆ ਤੇ ਮੇਰੇ ਨਾਲ ਕਰ ਲਾ। ਮੈਂ ਤੈਨੂੰ ਅਗਰ 1,000 ਰੁਪਇਆ ਆਉਂਦਾ ਤਾਂ ਮੈਂ ਤੈਨੂੰ 600 ਦਾਂਗਾ। ਨਹੀਂ ਨਹੀਂ ਨਹੀਂ, ਮੈਂ ਸਾਜੀ ਆਪਾਂ ਅੱਧ ਦਿੰਦੇ ਆ ਜਿਹੜੇ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਤੂੰ ਮੇਰੇ ਨਾਲ ਨਾ ਗੱਲ ਕਰ। ਜਿਹੜਾ ਉਹਦੇ ਚ ਹੋਏਗਾ ਉਹਦੇ ਚ ਅਗਰ 100 ਆਉਂਦਾ ਤੇ ਤੁਸੀਂ ਉਹਨੂੰ ਦਿਨਾ ਨਾ 50 ਦਿਨਾ, ਮੈਂ ਉਹਦੇ 60 ਦਿਨਾ। ਮੈਂ ਆ ਜਿਹੜਾ ਮੈਂ ਅੱਧੇ ਨਾਲ ਬਹੁਤੇ ਦਿਨਾ। ਗੱਲ ਕਰ ਮੇਰੇ ਨਾਲ, ਮੇਰੇ ਨਾਲ ਉਹ ਮੇਰੀ ਗੱਲ, ਇੱਕ ਮਿੰਟ ਮੇਰੀ ਗੱਲ ਸੁਣਨਾ। ਅਗਰ ਆਉਂਦਾ 1,000 ਰੁਪਇਆ ਆਉਂਦਾ, ਠੀਕ ਹੈ, ਤੇ ਤੂੰ ਉਹਦੇ ਚ ਇੰਜੇ ਕਿ ਤੂੰ 500 ਰੱਖਣਾ ਤੇ ਤੂੰ 500 ਦਿਨਾ ਨਾ ਉਹਨਾਂ ਨੂੰ, ਅਜੀ ਕਰਨਾ ਨਾ ਅੱਧੇ ਤੇ ਫੇਰ ਹੀ ਹੋਏ ਨਾ। ਤੇ ਮੇਰੇ ਕੋਲ 1,000 ਆਂਦਾ ਤੇ ਮੈਂ ਹੁੰਦਾ ਆ ਜਿਹੜਾ ਮੈਂ ਜਿਹੜੇ ਬੰਦੇ ਰੱਖੇ ਨੇ ਮੈਂ ਉਹਨਾਂ ਨੂੰ 600 ਦਿਨਾ 1,000 ਚ। ਅੱਛਾ, ਖਰਚਾ ਉਹਨਾਂ ਦਾ ਆਪਣਾ ਜਾਂ ਤੂੰ ਕਰਦਾ? ਨਹੀਂ, ਖਰਚਾ ਮੇਰਾ, ਮੈਂ ਇਹਦਾ ਖਰਚਾ ਦੇਣਾ, ਟਿਕਾਗਸ ਬੈਨਸ ਆਲ ਟੂ ਜ਼ੈਡ। ਅਬੇ ਅੱਜ ਇਤਵਾਰ ਹੈ, ਅੱਜ ਵੀ ਇੱਥੇ ਆ ਜਿਹੜੇ ਬੰਦੇ ਲੱਗੇ ਹੋਏ ਨੇ। ਇੱਕ
ਉਸ ਉਹ ਖੁੱਲ ਕੇ ਗੱਲ ਕਰ। ਮੈਂ ਐਡੀ ਜਿਹੜੇ ਕੋਈ ਇਹਦੇ ਚ ਨਹੀਂ ਹੈ, ਅਸੀਂ ਵੀ ਉਹੀ ਕੰਮ ਕਰਨੇ ਪਏ ਆ ਜਿਹੜਾ ਤੂੰ ਕੰਮ ਕਰਨਾ ਪਿਆ, ਅਸੀਂ ਵੀ ਉਹੀ ਕੰਮ ਦੇਵਾਂਗੇ। ਹਾਂ ਖੁੱਲ ਕੇ ਗੱਲ ਕਰ, ਕੋਈ ਐਡੀ ਗੱਲ ਨਹੀਂ ਹੈ, ਅੱਲਾ ਖੈਰ ਕਰੇਗਾ, ਕੋਈ ਮਸਲਾ ਨਹੀਂ ਹੈ। ਹਾਂ ਮਕਾ ਫਿਰ ਮੇਰੇ ਨਾਲ ਮਕਾ ਕਿਵੇਂ ਕਰਨਾ ਜੀ, 10 ਬੰਦੇ ਆ ਗਏ ਠੀਕ ਹੈ ਸਾਡੇ ਕੋਲ ਵੀ ਹੈ ਜਿਹੜਾ ਤੇ ਤਕਰੀਬਨ ਅੱਜ ਆ ਗਏ ਨੇ 7-8 ਜਣੇ ਆ ਗਏ ਨੇ, 2 ਬੰਦੇ ਹੋਰ ਆ ਰਹੇ ਨੇ, ਤੇ ਅਸੀਂ ਵੈਸੇ ਆ ਜਿਹੜਾ ਅਸੀਂ ਤਕਰੀਬਨ ਆਏ ਆ 15-16 ਜਣੇ ਆਏ ਆ। ਚਲੋ ਠੀਕ ਹੋ ਗਿਆ। ਹਾਂ ਤੇ ਗੱਲ ਕਰ, 10 ਜਣੇ ਤੁਸੀਂ, 10 ਜਣੇ ਤੁਸੀਂ ਜੇ 26-27 ਜਣੇ ਹੋ ਜਾਣਗੇ ਤੇ ਅੱਲਾ ਖੈਰ ਕੀਤੀ ਹੈ, ਜਿਹੜਾ ਕੰਮ ਚੰਗਾ ਬਣ ਜਾਏਗਾ। ਸਾਡੇ ਕੋਲ ਤਾਂ 2, ਸਾਡੇ ਕੋਲ ਤਾਂ 2 ਲੇਡੀਜ਼ ਵੀ ਨੇ, ਸਾਡੇ ਕੋਲ ਤਾਂ 2 ਲੇਡੀਜ਼ ਵੀ ਨੇ। ਸੱਚੀ? ਹਾਂ 2 ਲੇਡੀਜ਼ ਨੇ, ਅੱਜ ਇਤਵਾਰ ਹੈ ਤਾਂ ਅੱਜ ਉਹਨਾਂ ਦੀ ਛੁੱਟੀ ਹੈ। ਤੁਸੀਂ ਲੇਡੀਜ਼ ਰੱਖੀਆਂ ਨੇ? ਤੁਸੀਂ ਲੇਡੀਜ਼ ਰੱਖੀਆਂ ਨੇ? ਤੂੰ ਐਪ ਦੇ ਵਿੱਚ, ਐਪ ਦੇ ਵਿੱਚ ਪਤਾ ਚੱਲ ਜਾਂਦਾ ਹੁੰਦਾ। ਤੂੰ ਇੰਜ ਕਰ, ਲੇਡੀਜ਼ ਹੈ ਨਾ ਜਿਹੜੀਆਂ ਉਹ ਕੋਈ 2 ਕੁ ਨਾਲ ਆਪਣੇ ਕਰ ਲਾ, ਲੇਡੀਜ਼ ਇੱਕ ਤਾਂ ਪੈਸੇ ਵੀ ਥੋੜਿਆਂ ਦੇ ਵਿੱਚ ਆ ਜਾਂਦੀਆਂ। ਉਹ ਕਿਉਂ ਨੀ ਮਿਲਦੀਆਂ? ਚੱਲ ਠੀਕ ਹੈ, ਤੁਸੀਂ 10 ਜਣੇ ਆ ਜਾਣਾ, ਤੁਸੀਂ ਇੱਥੇ ਕਰ ਲਿਓ, ਜਿਹੜਾ ਮੇਰੇ ਕੋਲ 2 ਲੇਡੀਜ਼ ਵੀ ਹੈ ਨੇ। ਹਾਂਜੀ ਤੇ ਫਿਰ ਇਸ ਤਰ੍ਹਾਂ ਕਰ ਲੈ, ਜਦੋਂ ਕੋਈ ਹੋਇਆ ਤੇ ਫਿਰ ਰਾਬਤਾ ਕਰ ਲਾਂਗੇ। ਚੱਲ ਠੀਕ ਹੈ, ਤੁਸੀਂ ਇੱਥੇ ਫੈਸਲਾਬਾਦ ਹੀ ਜੇ ਨਾ 10 ਦੇ 10? ਹਾਂਜੀ ਹਾਂਜੀ। ਚੱਲ ਠੀਕ ਹੈ, ਮੈਂ ਤੇ ਗੁਜਰਾ ਆਉਂਦੇ ਹਾਂ, ਕੋਈ ਮਸਲਾ ਨਹੀਂ ਹੈਗਾ, ਇਸ ਤਰ੍ਹਾਂ ਕਰਾਂਗੇ ਨਾ, ਕੋਈ ਜ਼ਿਆਦਾ ਜ਼ਿੱਦ ਤੋਂ ਤੇ ਕਰੇਗਾ ਤੇ ਉਹ ਪਹਿਲੇ ਲੇਡੀਜ਼ ਨਾਲ ਗੱਲ ਕਰਵਾ ਦੇਗੀ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਜਿੰਝ ਤੂੰ ਮੈਨੂੰ ਕਹਿ ਰਿਹਾ ਨਾ ਕਿ ਲੇਡੀਜ਼ ਦਾ ਸ਼ਨਾਤੀ ਕਾਰਡ ਇੰਜ ਜਿਹੜਾ ਉਹਦੇ ਤੇ ਹੋਏਗਾ, ਤੇ ਉਹ ਕਾਨਫਰੰਸ ਕਾਲ ਦੇ ਵਿੱਚ ਹੀ ਹੈ ਜਿਹੜਾ ਉੱਧਰ ਕਾਲ ਕਰਵਾ ਦਿੱਤੀ। ਉਹਨਾਂ ਨੂੰ ਕਹਿ ਦੇਗੇ, ਇਹਨਾਂ ਨੇ ਰਿਸੀਵ ਕਰਨੇ ਨੇ ਪੈਸੇ, ਉਹਨਾਂ ਨਾਲ ਗੱਲ ਕਰ ਲਓ, ਉਹਨਾਂ ਦਾ ਨੰਬਰ ਦੇ ਦੇ। ਬਿਲਕੁਲ 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 ਬਿਲਕੁਲ, ਇੰਜੀ ਲੇਡੀਜ਼ ਦੇ ਨਾਲ ਗੱਲ ਹੋ ਜਾਏਗੀ, ਉਹ ਅਗਲਾ ਬੰਦਾ ਆ ਜਾਏਗਾ। ਇਸ ਤਰ੍ਹਾਂ ਤੁਸੀਂ ਕਰੋ, ਕੋਈ ਮੁਕਾ ਨੰਬਰ ਦਿਓ ਜਿਹੜਾ 24 ਘੰਟੇ ਆਨ ਹੋਵੇ। ਕੀ ਮੈਂ ਕਹਿ ਰਿਹਾ? ਪੱਕਾ ਨੰਬਰ ਜਿਹੜਾ 24 ਘੰਟੇ ਆਨ ਹੋਵੇ। ਇਹੋ ਹੀ ਨੰਬਰ ਆਨ ਰਹਿੰਦਾ ਹੈ, ਹਰ ਟਾਈਮ ਆਨ ਰਹਿੰਦਾ, ਬੰਦ ਹੁੰਦਾ ਹੀ ਨਹੀਂ। ਚਲੋ ਠੀਕ ਹੈ, ਤੇ ਲੇਡੀ ਛੁੱਟੀ ਕੀਤੀ ਹੈ? ਇਤਵਾਰ ਹੈ ਨਾ ਅੱਜ, ਕਿਹਨੂੰ ਨਹੀਂ ਪਤਾ ਇਤਵਾਰ ਤੇ ਕੀ ਹੈ? ਇਹਦੇ ਵਿੱਚ ਕੀ ਹਰ ਵਾਰ ਕੀ ਕਰਦੇ? ਇੰਨੇ ਪੈਸੇ ਦਾਂਗੇ, ਉਹਦੇ ਤੋਂ ਬਾਅਦ ਜਿੰਨਾ ਤੁਸੀਂ ਉੱਤੇ ਜ਼ਿਆਦਾ ਕੰਮ ਕਰ ਲਓ ਉਨਾ ਤੁਹਾਨੂੰ ਕਮਿਸ਼ਨ ਦੇਣਾ। ਠੀਕ ਹੈ, ਖਰਚਾ ਆ ਜਿਹੜਾ ਉਹ ਸਾਰਾ ਮੇਰਾ ਹੈ। ਠੀਕ ਹੈ, ਤੇ ਬਾਕੀ ਜਿੰਨੇ ਪੈਸੇ ਆਣਗੇ ਉਹਦੇ ਚੋਂ 60% ਨੇ ਜਿਹੜੇ ਉਹ ਤੁਹਾਡੇ ਨੇ। ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਕਹਾਣੀ ਸੁਣਾਉਂਦੇ ਹੋ? ਕੋਈ ਤੁਹਾਡਾ ਉਹ ਤੁਹਾਡਾ ਫਨ ਨੇ, ਉਹ ਤੁਹਾਡਾ ਫਨ ਨੇ। ਨਹੀਂ ਨਹੀਂ, ਕੰਮ ਤੇ ਹੈ ਜਿਸ ਤਰ੍ਹਾਂ ਹੁਣ ਅਸੀਂ ਮੈਸੇਜ ਕਰਦੇ ਆ, ਕੋਈ ਝੂਠਾ ਮੈਸੇਜ ਕਰਦੇ ਆ, ਇਸ ਤਰ੍ਹਾਂ ਤੁਸੀਂ ਕੀ ਕਰਦੇ ਹੋ? ਝੂਠਾ ਮੈਸੇਜ ਕਰਦੇ ਹੋ, ਡਾਇਰੈਕਟ ਕਾਲ ਕਰਦੇ ਹੋ, ਕੀ ਕਰਦੇ ਹੋ? ਇੰਜ ਨਹੀਂ ਹੁੰਦਾ, ਉਹ ਇੰਜ ਨਹੀਂ ਹੁੰਦਾ, ਇੰਜ ਨਹੀਂ ਹੁੰਦਾ। ਅਸੀਂ ਜਿਹੜਾ ਹੈ ਨਾ ਕਰਨੇ ਆ, ਅਸੀਂ ਇਹ ਤੇਰਾ ਮੈਸੇਜ ਆਇਆ ਸੀ ਨੰਬਰ ਤੋਂ। ਹਾਂਜੀ ਠੀਕ ਹੈ, ਨੰਬਰ ਤੋਂ ਜਦੋਂ ਮੈਸੇਜ ਜਾਂਦਾ ਹੈ ਨਾ ਤਾਂ ਅਗਲੇ ਬੰਦੇ ਨੂੰ ਹੋ ਜਾਂਦਾ ਸ਼ੱਕ। ਇੰਜ ਹੈ ਨਾ, ਤੁਸੀਂ ਕੰਮ ਕਰਦੇ ਹੋ ਕੱਚਾ, ਤੁਸੀਂ ਜੇ ਬੱਚੇ, ਕਿੰਨੀ ਉਮਰ ਹੈ ਤੇਰੀ? ਸਮਝ ਨਹੀਂ ਲੱਗੀ ਓ ਇਮਰਾਨ? ਹਾਂਜੀ ਹਾਂਜੀ, ਮੈਂ ਕਿਹਾ ਕਿੰਨੀ ਉਮਰ ਹੈ ਤੇਰੀ? 20 ਸਾਲ। 20 ਸਾਲ ਉਹ ਤੂੰ ਤਾਂ ਇਹ ਬੱਚਾ ਕੱਲ ਦਾ ਜੰਮਿਆ ਹੋਇਆ, 20 ਸਾਲ ਤੇਰੀ ਉਮਰ ਏ ਪੁੱਤਰ। ਜਿਸ ਟਾਈਮ ਅਗਲੇ ਬੰਦੇ ਨੂੰ ਤੁਸੀਂ ਨੰਬਰ ਤੋਂ ਮੈਸੇਜ ਕਰੋਗੇ ਨਾ, ਅਗਲੇ ਬੰਦੇ ਨੂੰ ਸ਼ੱਕ ਹੋ ਜਾਂਦਾ ਹੈ। ਹਾਂ ਇਹ ਤੇ ਗੱਲ ਹੈ। ਠੀਕ ਹੈ, ਉਹਨੂੰ ਸਾਡੇ ਵੱਲੋਂ ਨੰਬਰ ਤੋਂ ਨਹੀਂ ਮੈਸੇਜ ਜਾਂਦਾ, ਸਾਡੇ ਵੱਲੋਂ ਜਾਂਦਾ 37-37 ਤੋਂ ਮੈਸੇਜ।
ਹੈ ਚਾਰ ਦਿਨ ਕਰ ਰਿਹਾ ਤੇਰੀ ਆਵਾਜ਼ ਟੁੱਟਦੀ ਪਈ ਹੈ ਸਮਝ ਨਹੀਂ ਲੱਗਦੀ ਵੀ ਮੈਂ ਕਹਿ ਰਿਹਾ ਤੂੰ ਕੰਮ ਟੈਲੀਨਾਰ ਕਰ ਰਿਹਾ ਹੈ ਉਹ ਨਹੀਂ ਨੰਬਰ ਉੱਤੇ ਫਿਕਸ ਕਰ ਵਟਸਐਪ ਇਹ ਆ ਜਿਹੜਾ ਉਹ ਨੰਬਰ ਤੇ ਬਣੀ ਹੈ ਲੇਕਿਨ ਅਸੀਂ ਉਸ ਹਿਸਾਬ ਨਾਲ ਨਾ ਉਹਦੇ ਤੇ ਸ਼ੋਅ ਨਹੀਂ ਕਰਵਾਉਂਦੇ ਇਹ ਵਾਲਾ ਨੰਬਰ ਹੈ ਨਾ ਸ਼ੋਅ ਤੂੰ ਸ਼ੋਅ ਮੈਂ ਯਾਰ ਇਹ ਨਹੀਂ ਕਹਿ ਰਿਹਾ ਕਿ ਸ਼ੋਅ ਨਹੀਂ ਕਰਨਾ ਯਾਰ ਜੇ ਕੋਈ ਕੰਮ ਕਰਨਾ ਤੇ ਸਾਰਾ ਰਲ ਮਿਲ ਕੇ ਕਰਨਾ ਪਏਗਾ ਨਾ ਉਹਲੀ ਓਹੋ ਮੈਂ ਪਹਿਲੇ ਮੇਰੀ ਗੱਲ ਸੁਣ ਮੈਂ ਜਿਹੜਾ ਤੈਨੂੰ ਗੱਲ ਲੱਗਾ ਦੱਸਣ ਉਹਦੇ 'ਚ ਅਸੀਂ ਆਪਣਾ ਨੰਬਰ ਲਾ ਦਿੰਦੇ ਹਾਂ ਕਿ ਅਗਲੇ ਬੰਦੇ ਨੂੰ ਕਿਹੜਾ ਨੰਬਰ ਸ਼ੋਅ ਹੋਏ 37-37 ਸ਼ੋਅ ਹੋਏ ਜਾਇਜ਼ ਵਾਲਾ ਹੈ ਜਿਹੜਾ ਉਹ 85-85 ਹੁੰਦਾ ਹੈ ਇਹ ਵਾਲਾ ਨੰਬਰ ਸ਼ੋਅ ਹੋਏ ਇਹ ਉਸ ਹਿਸਾਬ ਨਾਲ ਉਹਨੂੰ ਫਿਰ ਉਹ ਸਾਡਾ ਫੋਨ ਨੰਬਰ ਨਹੀਂ ਸ਼ੋਅ ਹੁੰਦਾ ਉਹਨੂੰ ਉਹ ਵਾਲਾ ਨੰਬਰ ਸ਼ੋਅ ਹੁੰਦਾ ਜਿਹੜਾ ਅਸੀਂ ਉੱਥੇ ਲਿਖਿਆ ਹੁੰਦਾ ਉਹ ਫਿਰ ਵਾਕਈ ਸਮਝਦਾ ਕਿ ਇਹ ਜੀ ਉਹਦੇ ਤੋਂ ਹੀ ਨਾ ਆਇਆ ਮੈਸੇਜ ਜਿਸ ਟਾਈਮ ਨੰਬਰ ਤੋਂ ਮੈਸੇਜ ਆਏਗਾ ਨਾ ਤਾਂ ਅਗਲੇ ਬੰਦੇ ਨੂੰ ਸ਼ੱਕ ਹੋ ਜਾਂਦਾ ਆਮਦਨੀ ਨੀ ਹੋਏਗੀ ਫਿਰ ਤੁਹਾਨੂੰ ਪੈਸੇ ਨੀ ਆਉਣਗੇ ਚਲੋ ਠੀਕ ਹੈ ਕੋਈ ਨੀ ਰਾਬਤਾ ਤੁਹਾਡੇ ਨਾਲ ਹੋ ਗਿਆ ਜੇ ਕਰਾਂਗੇ ਫਿਰ ਤੁਹਾਡਾ ਇਸ ਤਰ੍ਹਾਂ ਦੱਸਣਾ ਕਿ ਵਟਸਐਪ ਯੂਜ਼ ਕਰਦੇ ਤੇ ਵਟਸਐਪ ਤੇ ਗੱਲ ਕਰ ਲੈਣੀ ਉਹ ਤੇ ਮੈਂ ਇਹ ਆ ਕਿ ਤੇਰੇ ਕੋਲ ਪੈਕੇਜ ਨਹੀਂ ਲੱਗਾ ਤੇ ਪੈਕੇਜ ਨਹੀਂ ਲਾ ਕੇ ਗੱਲ ਕਰਦੇ ਮੇਰੀ ਗੱਲ ਸੁਣ ਜਿਹੜੇ ਨਾ ਤੇਰੇ ਬੰਦੇ ਜਿਹੜੇ 10 ਬੰਦੇ ਨੇ ਉਹਨਾਂ ਨੂੰ ਇਹ ਵਾਲੀ ਚੀਜ਼ ਹੈ ਨਾ ਜਿਹੜੀ ਉਹ ਦੱਸ ਲਈ ਉਹ ਤੇ ਮੈਂ ਦੱਸ ਦਿਆਂਗਾ ਮੇਰੇ ਕੋਲ ਮੈਂ ਤੇ ਯਾਰ ਮੈਸੇਜ ਕਰਦਾ 3000 ਰੁਪਿਆ ਅੱਛਾ ਹਾਂ ਤੇ ਜਿਹੜਾ ਤੂੰ ਕਹਿ ਰਿਹਾ ਨਾ ਕਿ 37-37 ਤੂੰ ਮੈਸੇਜ ਆ ਰਿਹਾ ਹੈਗਾ 37-37 ਵਾਲਾ ਮੈਸੇਜ ਨਹੀਂ ਆ ਸਾਡੇ ਤੇ ਅੱਛਾ ਇਸ ਤਰ੍ਹਾਂ ਕਰਕੇ ਤੂੰ ਮੇਰੇ ਨੰਬਰ ਤੇ ਯਾਰ ਕਰ ਖਾਂ ਇੱਕ ਮੈਸੇਜ ਕਿਹੜਾ ਉਹੀ ਜਿਹੜਾ ਤੂੰ ਕਹਿ ਰਿਹਾ ਕਿ 37-37 ਦਾ ਮੈਸੇਜ ਕਰਦੇ ਹਾਂ ਉਹ ਅਸੀਂ ਕੰਪਿਊਟਰ ਦੇ ਵਿੱਚ ਸਾਰੇ ਨੰਬਰ ਦਿੱਤੇ ਦੇ ਨੇ ਠੀਕ ਹੈ ਅਸੀਂ ਉਹਦੇ ਤੇ ਮੈਸੇਜ ਹੀ ਉਹਲਾ ਲਿਖਿਆ ਤੇ ਉਹ ਨਾ ਉਹਦਾ ਪੂਰਾ ਡਰਾਫਟ ਰਕਮ ਕਿੰਨੀ ਲਿਖਦੇ ਵਿੱਚ ਕੀ ਰਕਮ ਕਿੰਨੀ ਹੁੰਦੀ ਹੈ ਅਸੀਂ ਕਦੀ ਉਹਦੇ ਤੇ ਜਿਹੜੀ ਕੋਈ ਲਿਖ ਦਿੰਦੇ ਹਾਂ ਕਿਸੇ ਤੇ ਕੋਈ ਇਹ ਹੁੰਦਾ 100-100 ਮੈਸੇਜ ਜਾਣਾ ਹੁੰਦਾ ਠੀਕ ਹੈ 100 ਮੈਸੇਜ ਹਾਂਜੀ 100 ਮੈਸੇਜ ਜਾਣਾ ਉਹਦੇ ਵਿੱਚ ਰਕਮ ਹੋਰ ਲਿਖੀ ਦੀ ਹੈ ਅਗਲੇ 100 ਮੈਸੇਜ ਜਾਣਾ ਉਹਦੇ ਤੇ ਰਕਮ ਹੋਰ ਲਿਖੀ ਦੀ ਹੈ ਮੁਖਤਲਿਫ ਨੰਬਰਾਂ ਤੇ ਜਾਂਦੇ ਨੇ ਚਲੋ ਠੀਕ ਹੈ ਫਿਰ ਇਸ ਤਰ੍ਹਾਂ ਕਰ ਵਟਸਐਪ ਨੰਬਰ ਦਿਖਾ ਦੇ ਤੂੰ ਮੇਰਾ ਖਿਆਲ ਹੈ ਤੂੰ ਨਾ ਆਪਣੀ ਨਾ ਇਨਵੈਸਟਮੈਂਟ ਨਹੀਂ ਕੀਤੀ ਹੋਈ ਤੂੰ ਨਾ ਬਸ ਐਵੇਂ ਹੀ ਨਾ ਜਿਹੜਾ ਉਹ ਕੰਮ ਕੀਤਾ ਕੰਮ ਪੱਕਾ ਕਰੇਗਾ ਤਾਂ ਫਿਰ ਕੰਮ ਸਹੀ ਰਹੇਗਾ ਮੈਂ ਤੈਨੂੰ ਕਹਿ ਤੇ ਰਿਹਾ ਯਾਰ ਹੁਣ ਫਿਰ ਤੂੰ ਗੱਲ ਹੀ ਹੋਰ ਤਰੀਕੇ ਲੈ ਗਿਆ ਨਹੀਂ ਮੈਂ ਤੈਨੂੰ ਨਾ ਸਿਰਫ ਉਹਦੇ ਚ ਸਮਝਾਉਣਾ ਪਿਆ ਤੂੰ ਜਿਹੜਾ ਛੋਟਾ ਹੈ ਮੈਂ ਤੈਨੂੰ ਇਸ ਵਾਸਤੇ ਉਹਦੀ ਚੀਜ਼ ਦੱਸਣਾ ਪਿਆ ਬਾਕੀ ਤੇਰੀ ਆਪਣੀ ਮਰਜ਼ੀ ਜੇ ਤੂੰ ਉਹਦਾ ਭਾਈ ਗੁੱਸਾ ਕਰਨਾ ਨਹੀਂ ਗੁੱਸਾ ਨਹੀਂ ਤੂੰ ਇਸ ਤਰ੍ਹਾਂ ਕਰ ਵਟਸਐਪ ਮੈਨੂੰ ਦੱਸ ਦੇ ਮੈਂ ਵਟਸਐਪ ਤੇ ਤੇਰੇ ਨਾਲ ਰਾਬਤਾ ਕਰਦਾ ਫਿਰ ਕਰਾਂਗੇ ਨਾਲ ਮੇਰੇ ਕੋਈ ਕੰਮ ਜਿਹੜਾ ਮਿਲਿਆ ਫਿਰ ਹੱਦ ਹੱਦ ਹੋ ਜਾਏਗਾ ਅਬਦੁਲ ਰਹਿਮਾਨ ਹੈ ਨਾ ਤੂੰ ਚੱਲ ਮੈਂ ਤੇਰਾ ਨਾ ਨਾਂ ਇੱਥੇ ਜਿਹੜਾ ਲਿਖਾ ਦਿੰਦਾ ਠੀਕ ਹੈ ਕਿ ਅਬਦੁਲ ਰਹਿਮਾਨ ਦੀ ਕਾਲ ਆਇਆ ਤੇਰੇ ਨਾਲ ਨਾ ਉਸ ਹਿਸਾਬ ਨਾਲ ਨਾ ਗੱਲ ਕਰ ਲਿਓ ਉਹ ਹਮਜ਼ਾ ਨਾ ਲਿਖ ਲਿਆ ਅਬਦੁਲ ਰਹਿਮਾਨ ਦਾ ਨਾਂ ਲਿਖ ਲਿਆ ਇੱਥੇ ਅਬਦੁਲ ਰਹਿਮਾਨ ਤੇਰਾ ਨਾਂ ਅਬਦੁਲ ਰਹਿਮਾਨ ਹੈ ਨਾ ਕਿਹਦੇ ਨਾਂ ਤੇਰਾ ਇਮਰਾਨ ਇਮਰਾਨ ਓਏ ਯਾਰ ਇਮਰਾਨ ਲਿਖੀ ਆ ਅਬਦੁਲ ਰਹਿਮਾਨ ਕੱਟ ਦੇ ਠੀਕ ਇਮਰਾਨ ਆ ਇਮਰਾਨ ਇਮਰਾਨ ਲਿਖ ਲਿਆ ਠੀਕ ਠੀਕ ਹੈ ਨਾ ਜੇ ਮੈਂ ਤੇਰਾ ਇਹੋ ਹੀ ਹੈ ਨਾ ਨੰਬਰ ਆਹੋ ਇਹ ਨੰਬਰ ਹੈ ਹਾਂ ਤੇ ਮੈਂ ਨਾ ਇੱਥੇ ਕਹਿ ਦਿੱਤਾ ਤੇਰਾ ਆਏਗਾ ਨਾ ਤੇ ਉਹ ਕੰਪਿਊਟਰ ਤੇ ਤੇਰਾ ਸ਼ੋਅ ਹੋ ਜਾਏਗਾ ਤੇ ਉਹ ਫਿਰ ਨਾ ਤੇਰੇ ਨਾਲ ਜੀ ਆਪਨੇ ਇਹ ਵੀਡੀਓ ਦੇਖ ਲਿਆ ਇਹ ਰਿਕਾਰਡਿੰਗ ਹੈ ਬੇਸਿਕਲੀ ਨਾ ਇਹ ਜੋ ਮੁਝੇ ਕਾਲ ਆਈ ਥੀ ਮੁਝੇ ਪਤਾ ਥਾ ਕਿ ਇਹ ਨਾ ਕਿਆ ਫਿਲਮ ਕਰਵਾਏਗਾ ਔਰ ਕੈਸੇ ਕਰੇਗਾ ਤੋ ਲਿਹਾਜ਼ਾ ਇਸਕਾ ਨਾ ਰਾਤ ਕੋ ਮੁਝੇ SMS ਆਇਆ ਥਾ ਔਰ ਮੈਨੇ ਨਾ ਉਸੀ ਟਾਈਮ ਇਹ ਸੋਚ ਲਿਆ ਥਾ ਕਿ ਮੈਂ ਨਾ ਇਸਕੇ ਸਾਥ ਨਾ ਕੈਸੇ ਨਾ ਡੀਲ ਕਰੂੰਗਾ ਤੋ ਆਪ ਜ਼ਰਾ ਮੁਝੇ ਬਤਾਈਏ ਕਿ ਇਨ ਲੋਗੋਂ ਕੇ ਸਾਥ ਨਾ ਕਿਆ ਕਰਨਾ ਚਾਹੀਏ ਔਰ ਇਨ ਲੋਗੋਂ ਕੋ ਕਿਆ ਸਜ਼ਾ ਹੋਣੀ ਚਾਹੀਏ FIA ਕੋ ਔਰ ਹਮਾਰੇ ਜੋ ਦੂਸਰੇ ਸਿਕਿਉਰਿਟੀ ਅਦਾਰੇ ਹੈ ਉਹਨੇ ਚਾਹੀਏ ਕਿ ਇਨ ਲੋਗੋਂ ਪਰ ਨਾ ਆਪਣੀ ਗ੍ਰਿਫਤ ਹੈ ਜੋ ਵੋ ਮਜ਼ਬੂਤ ਰੱਖੇ ਔਰ ਜੋ ਮਾਸੂਮ ਲੋਗੋਂ ਕੋ ਯੇ ਫਰਾਡ ਕਰਕੇ ਉਨਸੇ ਪੈਸੇ ਛੀਨ ਲੇਤੇ ਹੈ ਔਰ ਉਨਕੇ ਸਾਥ ਫਰਾਡ ਕਰ ਲੇਤੇ ਹੈ ਉਨ ਲੋਗੋਂ ਕਾ ਨਾ ਨੁਕਸਾਨ ਨਾ ਹੋ ਸਕੇ ਔਰ ਉਨ੍ਹੇ ਨਾ ਇਸ ਨੁਕਸਾਨ ਸੇ ਬਚਾਇਆ ਜਾ ਸਕੇ ਤੋ
अगर आप लोग मेरी इस वीडियो से और मेरे इस पैगाम से मुत्तफिक हैं तो काइंडली इस वीडियो को शेयर करें, ताकि जो लोग इस तरह का ना फ्रॉड की जद में आ जाते हैं वो बच सकें। बहुत शुक्रिया, अल्लाह हाफिज़।